ਸਾਰਿਆਂ ਦੀ ਹੱਚਾ ਸਵਾਗਤ ਹੈ ਇੱਕ ਹੋਰ ਗੱਲਾਂ ਬਾਤਾਂ ਦੇ ਰੋਮਾਂਚਿਕ ਮਿਆਂਕੀ ਸੀਰੀਜ਼ ਦੇ ਵਿੱਚ ਸੌਰੀ ਹਿਮਾਨੂ ਸੀਰੀਜ਼ ਦੇ ਵਿੱਚ ਆਓ ਗੱਲਾਂ ਬਾਤਾਂ ਦਾ ਰੋਮਾਂਚਿਕ ਪ੍ਰੋਗਰਾਮ ਸ਼ੁਰੂ ਕਰੀਏ ਤੇ ਹਿਮਾਨੀ ਹਣੀ ਮੇਲੇ ਘੁੰਮਣ ਫਿਰਦੇ ਆਓ ਮੇਲੇ ਤਾਂ ਘੁਮਾ ਲਏ ਸ਼ੁਕਰ ਆ ਘੁਮਾ ਹੀ ਲਿਆ ਨਹੀਂ ਤਾਂ ਮੈਂ ਸੋਚਿਆ ਸੀ ਲਾਂਟੇ ਲੈ ਕੇ ਜਾਊਗਾ ਪਰ ਕੋਈ ਨਹੀਂ ਉਹ ਵੀ ਲੈ ਹੀ ਜਾਊਗਾ ਆਓ ਸ਼ੁਰੂ ਕਰੀਏ ਵੇਖੀਏ ਮੇਲੇ 'ਚ ਹੋਰ ਨਾ ਕਿਤੇ ਹਿਮਾਨੀ ਦੀ ਇੱਥੇ ਵੇਖਦੇ ਹਾਂ ਕੀ ਕਰਦਾ ਇੱਥੇ ਮੇਲੇ 'ਚ ਕਿ ਭੋਰ ਭੁਰ ਕੇ ਆਊਗਾ ਇਹਨਾਂ ਨੂੰ ਨਾ ਇਹਨਾਂ ਨੂੰ ਇੱਕ ਕਪਲ ਮਿਲ ਗਿਆ ਇਹਨਾਂ ਦੇ ਘਰ ਕੋਲ ਹੀ ਰਹਿਣ ਵਾਲਾ ਉਹ ਵੀ ਵਲੋਗ ਪਾਉਂਦੇ ਆ ਉਹਨਾਂ ਨੇ ਹਿਮਾਨੀ ਬਿਮਾਰ ਵਲੋਗ ਪਾਇਆ ਸੀ ਉੱਧਰ ਵੀ ਆਪਾਂ ਚੱਲਦੇ ਹਾਂ ਅਗਲਾ ਵਲੋਗ ਉਹੀ ਆਊਗਾ ਹਿਮਾਨੀ ਬਿਮਾਰ ਵਾਲਾ ਟੈਨਸ਼ਨ ਲਓ ਮਿਆਂਕੀ ਸੀਰੀਜ਼ ਆਪਾਂ ਤੁਹਾਡੀ ਮੁੱਕਣ ਨਹੀਂ ਦੇਣੀ ਕਿਸੇ ਬੰਦੇ ਦਾ ਕਮੈਂਟ ਆਇਆ ਬਾਈ ਮੈਂ ਵੈਬ ਸੀਰੀਜ਼ਾਂ ਵੇਖਣੀਆਂ ਬੰਦ ਕਰਤੀਆਂ ਜਿੰਨਾ ਚਿਰ ਮਿਆਂਕੀ ਸੀਰੀਜ਼ ਜਿੰਨਾ ਚਿਰ ਮਿਆਂਕੀ ਦੇ ਵਲੋਗ ਆ ਉਨਾ ਚਿਰ ਮਿਆਂਕੀ ਹਿਮਾਨੂ ਸੀਰੀਜ਼ ਆਉਂਦੀ ਰਹੂਗੀ ਟੈਨਸ਼ਨ ਨਾ ਲਓ ਹਿਮਾਨੀ ਤਾਂ ਫਿਰ ਮਿਸ ਪੂਜਾ ਹੀ ਬਣ ਗਈ ਹੁਣ ਹੋਰ ਕਿੱਦਾਂ ਠੀਕ ਹੋ ਸਾਰੇ ਤੇ ਠੀਕ ਆ ਅੱਜ ਆਪਾਂ ਮਲੋਤਾ ਉਹ ਤੇਰੇ ਚੰਗਾ ਲੋਕ ਆਖਦੇ ਚੰਡੀਗੜ੍ਹ ਚੱਲ ਜਾਓ ਪਾਣੀ ਬੜਾ ਸਾਫ਼ ਆ ਫੈਂਸੀਆਂ ਸਹੀ ਹੋ ਜਾਂਦੀਆਂ ਇਹਦੇ ਵਧੀ ਜਾਂਦੀਆਂ ਇਹ ਕਿਹੜੇ ਮੁੱਲੇ 'ਚ ਰਹਿਣ ਲੱਗ ਗਿਆ ਤੂੰ ਮਿਆਂਕੀ ਜਿਹੜਾ ਤੈਨੂੰ ਪਾਣੀ ਨਹੀਂ ਸੱਟ ਆਈ ਜਾਂਦਾ ਤੇਰਾ ਭਲਾ ਹੋ ਜੇ ਸ਼ੇਅਰ ਕਰਨ ਚੱਲੇ ਆ ਅੱਜ ਆਪਾਂ ਘੁੰਮਣ ਚੱਲੇ ਆ ਪਤਾ ਹੈ ਨਹੀਂ ਕਿੱਥੇ ਘੁੰਮਣ ਚੱਲੇ ਆ ਜਿੱਦਾਂ ਕਿ ਸਾਡੇ ਇੱਧਰ ਨਵੇਂ ਸਾਡੇ ਜਿਵੇਂ ਇੰਜਲ ਨੇ ਕਿਹਾ ਸੀ ਘਰੋਂ ਨਿਕਲਣ ਲੱਗੇ ਆ ਪਤਾ ਨਹੀਂ ਕਿੱਥੇ ਨਿਕਲਾਂਗੇ ਉਹੀ ਹਿਸਾਬ ਇਹ ਬਾਲਾ ਕਾਪੀ ਕਰਦਾ ਉਹਦੀ ਸਿਸਟਰ ਨੂੰ ਹੀ ਬਣੇ ਆ ਠੀਕ ਆ ਹਸਬੰਡ ਨੂੰ ਅੱਛਾ ਦੋਵੇਂ ਘੁੰਮਣ ਫਿਰਨ ਚੱਲੇ ਆ ਆਪਾਂ ਤੇ ਬਾਕੀ ਤੁਹਾਨੂੰ ਸਾਰਾ ਵਲੋਗ ਕਰ ਰਹੇ ਆ ਵਲੋਗ ਨੂੰ ਉਹ ਤਾਂ ਤੁਹਾਡੇ ਮਿੱਤਰ ਬਣੇ ਆ ਉਹ ਹਸਬੈਂਡ ਵਾਈਫ ਵੀ ਹੈਗੇ ਤੁਸੀਂ ਕੀ ਹੋ ਯੂ ਆਰ ਅ ਬੋਏਫ੍ਰੈਂਡ ਗਰਲਫ੍ਰੈਂਡ ਜਾਂ ਫਿਆਂਸੇ ਸ਼ੌਂਕ ਉਹ ਤੈਨੂੰ ਕਿੱਥੋਂ ਪਤਾ ਹੋਊਗਾ ਲਾਸਟ ਤੱਕ ਜ਼ਰੂਰ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਠੀਕ ਆ ਵੀ ਆਉਂਦੇ ਪਏ ਨੇ ਹਲੇ ਫਿਰ ਉਹ ਆਉਂਦੇ ਨੇ ਆਪਾਂ ਜਾਣੇ ਆ ਬਾਕੀ ਵੇਖ ਕਿੱਥੇ ਜਾਣੇ ਆ ਹਨਾ ਅੱਛਾ ਤੇ ਬਾਕੀ ਹਿਮਾਨੀ ਰੈਡੀ ਹੋ ਚੁੱਕੀ ਆ ਇਹ ਕਿਹਦੇ ਨਾਲ ਬੋਲੀ ਜਾਂਦੀ ਆ ਤੇ ਮੰਮੀ ਦਾ ਅੱਛਾ ਆਪਣੀ ਮੰਮੀ ਕੇ ਸਾਥ ਮੈਂ ਸੋਚਿਆ ਕਿ ਤੇ ਇਕੱਲੇ ਬੋਲਣ ਦੀ ਆਦਤ ਹੈ ਇਹਨੂੰ ਵੀ ਕਿਤੇ ਚਲੋ ਅੱਛਾ ਸਰਾਣੇ ਵਿਖਾਈ ਜਾਂਦੇ ਜਿੱਪਾਂ ਖੋਲ ਖੋਲ ਕੇ ਉਹ ਇਹਦੇ 'ਚ ਕੀ ਸੋਨਾ ਦੱਬਿਆ ਤੁਸੀਂ ਲੈ ਕਮਾਲ ਕਿ ਮੈਂ ਆਪਦੀ ਮੰਮੀ ਦੇ ਵਾਲਾਂ ਨਾਲ ਵਿਖਾਈ ਦੇ ਵਾਲਾਂ ਨਾਲ ਚਾਦਰ ਮੈਚ ਕਰ ਗਈ ਹਿਮਾਨੀ ਹੋਣੀ ਤਿਆਰ ਨੇ ਤੇ ਹਿਮਾਨੀ ਹੋਣੀ ਅੱਜ ਥੋੜੇ ਠੀਕ ਵੀ ਨੇ ਬਿਮਾਰ ਹੀ ਅੱਛਾ ਮਿਸ ਪੂਜਾ ਬਣੀ ਹੋਈ ਆ ਨਹੀਂ ਠੀਕ ਜ਼ਿਆਦਾ ਮੈਂ ਥੋੜੀ ਬਿਮਾਰ ਚਲੋ ਪੋਰਤੀ ਇਹੋ ਜੀ ਭੋਰੀ ਤਾਂ ਗੋਬਿੰਦਾ ਸਰਦਾਰ ਤੇ ਵੀ ਨਹੀਂ ਭੋਰਦਾ ਇਹੋ ਜੀ ਹੁਣ ਤਾਂ ਉਹਨੇ ਵੀ ਮਿਕਸੀ ਸੇੜਤੀ ਮੈਨੂੰ ਲੱਗਦਾ ਇਹਨਾਂ ਨੇ ਚੱਕ ਲਈ ਹੋਣੀ ਹੈ ਉੱਧਰਲੇ ਪਾਸੇ ਰਹਿੰਦੇ ਨੇ ਤਾਂ ਕਰਕੇ ਚਲੋ ਮਿੱਤਰੋ ਉਹਨਾਂ ਦਾ ਫੋਨ ਆ ਗਿਆ ਵਾ ਚੱਲੀਏ ਚੱਲ ਚਲੋ ਚੱਲੇ ਆ ਠੀਕ ਆ ਤੁਹਾਨੂੰ ਜਾਣ ਕੇ ਮਿਲਦੇ ਆ ਓਕੇ ਬਾਏ ਬਾਏ ਜਾਣ ਕੇ ਜਾ ਕੇ ਕਿੰਨੀ ਕਾਲੀ ਚ ਲੋਕ ਲਾ ਰਹੇ ਨੇ ਇੰਨੀ ਜਲਦੀ ਕਾਦੀ ਹੈ ਓਏ ਤੁਸੀਂ ਲੋਕਾਂ ਤੋਂ ਲਾਈ ਜਾਂਦੇ ਹੋ ਤੁਹਾਡਾ ਇੱਥੇ ਕੱਚੇ ਬਣਾਣੇ ਪਏ ਨੇ ਤੁਹਾਡੇ ਕੋਲ ਕਿਹੜਾ ਗੋਲਡ ਹੋਣਾ ਹੈਗਾ ਲੋਕ ਤਾਂ ਐ ਲਾਉਂਦਾ ਜਿਵੇਂ ਗੁੱਟੀਆਂ ਤੇ ਗੁੱਟੀਆਂ ਰੱਖੀਆਂ ਹੁੰਦੀਆਂ ਅਲਮਾਰੀਆਂ 'ਚ ਗੰਜਾ ਜਾ 5 ਮਿੰਟ ਹੋਏ ਗਏ ਸਿੱਖ ਲੋਤਿਆਂ ਨੂੰ ਚਲੋ ਬਈ ਚਲੋ ਅੱਛਾ ਰਾਤ ਨਾਈਟ ਆਊਟ ਮਾਰਦਾ ਫਿਰਦਾ ਮੁਹਾਲੀ ਟਾਈਮ ਚਲੋ ਇਹ ਵੀ ਟੱਕਰੇ ਆ ਵਿਚਾਰੇ ਉਹ ਤਾਂ ਬਣਾਉਣਗੇ ਵਲੌਗ ਉਹ ਵੀ ਸੀ ਗੱਲ ਉਹਨਾਂ ਨੂੰ ਵੀ ਵਿਊ ਚਾਹੀਦੇ ਤੁਹਾਡਾ ਵਲੌਗ ਹੀ ਤਾਂ ਚੱਲਿਆ ਉਹਨਾਂ ਦੇ ਚੈਨਲ 'ਤੇ ਹੋਰ ਚੱਲਿਆ ਕਿਹੜਾ ਚਲੋ ਕੋਈ ਨਾ ਅਗਲੀ ਵਾਰੀ ਉਹ ਵੀ ਬਲੇਟ ਲਾਂਗੇ ਮਿੱਤਰੋ ਚਲੋ ਹਲ ਓਏ ਆਹ ਕਿਹੜਾ ਰਿਵਾਜ ਆ ਤੁਸੀਂ ਮੋਹਾਲੀ ਚੱਲ ਕੇ ਕੁੜੀਆਂ ਕੁੜੀਆਂ ਨਾਲ ਹੀ ਹੱਥ ਬਣਾਉਣਗੀਆਂ ਤੇ ਮੁੰਡੇ ਮੁੰਡੇ ਨਾਲ ਹੀ ਓ ਮਾਈ ਗੋਡ ਸੋਚ ਤਾਂ ਤੁਸੀਂ ਆਪਦੇ ਪਿੱਛੇ ਛੱਡ ਆਏ ਹੋ ਚਲੋ ਕੋਈ ਗੱਲ ਨਹੀਂ ਵੀਰੇ ਨਾਲ ਵੀ ਮਿਲਾ ਲੈਂਦੀ ਵੀਰਾ ਕਹਿ ਕੇ ਮਿਲਾ ਲੈਂਦੀ ਕਹਿੰਦਾ ਥਾਵਾਂ ਬਥੇਰੀ ਨੇ ਲੱਭ ਜਾਣੀ ਕੋਈ ਨਵੀਂ ਚੰਗੀ ਥਾਂ ਉਹ ਤੂੰ ਕੀ ਚੰਡੀਗੜ੍ਹ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਟਾਇਰ ਫੂਕਦੇ ਮਿਲ ਜਾਂਗੇ ਉਹ ਤੂੰ ਕਿੱਥੇ ਘੁੰਮਿਆ ਕਦੇ ਤੇਰੇ ਅਰਗ ਤਾਂ ਪਹਿਲੀ ਵਾਰ ਤਾਂ ਮਿਲਦਾ ਚੰਡੀਗੜ੍ਹ ਆਇਆ ਹੋਣਾ ਜਾਂ ਐਂਜਲ ਦੇ ਪਾਸਪੋਰਟ ਦੀ ਅਪੁਆਇੰਟਮੈਂਟ 'ਤੇ ਆਇਆ ਹੋਣਾ ਜਾਂ ਬਾਇਓਮੈਟ੍ਰਿਕ 'ਤੇ ਆਇਆ ਹੋਏਗਾ ਤੂੰ ਉਹਦੇ ਨਾਲ ਉਹ ਵੀ ਸ਼ਿਵਮ ਹੀ ਗਿਆ ਹੋਣਾ ਕਿੱਥੋਂ ਸ਼ਿਵਮ ਗਿਆ ਹੋਣਾ ਉਦੋਂ ਬਾਅਦ ਸਾਹਿਬ ਗਿਆ ਹੋਣਾ ਉਹਦੀ 820 ਬੁੱਕ ਕਰਦੇ ਸੀ ਮਿਆਂਕ ਕੋਲੇ ਕੀ ਇੱਥੇ ਗੱਡਾ ਖੜਾ ਸੀ ਚਲੋ ਮਿਲਣਾ ਜੀ ਮਿਲਣਾ ਚੰਗਾ ਇਹ ਮਿਸ ਪੂਜਾ ਦੀਆਂ ਗੱਲਾਂ ਲਾਲ ਹੀ ਰਹਿਣਗੀਆਂ ਹੁਣ ਕਿ ਇਹਨੂੰ ਕੋਈ ਘੱਟ ਮੇਕਅਪ ਕਰਿਆ ਕਰ ਮੈਂ ਪਿਛਲੇ ਰੋਮਾਂਚਿਕ ਪ੍ਰੋਗਰਾਮ 'ਚ ਆਖਿਆ ਵੀ ਕੁੜੀਆਂ ਦੱਸਿਓ ਮੈਨੂੰ ਇਹਨੇ ਮੇਕਅਪ ਓਵਰ ਕੀਤਾ ਕੁੜੀਆਂ ਕਹਿੰਦੀ ਨਹੀਂ ਓਵਰ ਨਹੀਂ ਹੈ ਟੂ ਮਚ ਓਵਰ ਹੈ ਓਵਰ ਤਾਂ ਵਰਡ ਹੀ ਬਹੁਤ ਥੱਲੇ ਰਹਿ ਗਿਆ ਕਹਿੰਦੇ ਲਓ ਵੀ ਮਿੱਤਰੋ
ਅਸੀਂ ਗਏ ਪਹੁੰਚ ਚਲੋ ਉਹ ਮਾੜਾ ਆ ਝੂੜਾ ਆ ਵੇਦਾ ਹੋਣਾ ਮੇਲੇ ਚ ਆਏ ਬਾਕੀ ਤੁਹਾਨੂੰ ਜਾ ਕੇ ਦਿਖਾਣੇ ਆ ਅੱਛਾ ਅੱਛਾ ਚਲੋ ਮਿੱਤਰੋ ਜਾਣੇ ਪਏ ਆ ਬਾਕੀ ਗਾਣੇ ਗੁਣੇ ਚੱਲਦੇ ਪਏ ਕੋਪੀਰਾਈਟ ਨਾ ਆ ਰਹੇ ਆ ਦੋਨੇ ਹਸਬੈਂਡ ਵਾਈਫ ਆ ਤੇਰੇ ਨਾਲ ਮੈਨੂੰ ਭੈਣ ਭਰਾ ਲੱਗੀ ਜਾਂਦੇ ਆ ਚਲੋ ਇਹਨਾਂ ਨੇ ਵੀ ਵਲੌਗ ਚੈਨਲ ਚਲਾਉਣਾ ਹੈ ਤਾਂ ਮੋਹਾਲੀ ਤਾਂ ਫਿਰ ਫਰੈਂਡ ਫਰੈਂਡ ਮਿਲਣਗੇ ਤਾਂ ਹੀ ਕੰਮ ਚੱਲੂਗਾ ਨਹੀਂ ਤਾਂ ਕਿੱਥੋਂ ਚੱਲੂਗਾ ਇਹ ਮਿਅੰਕ ਤਾਂ ਸੋਚਣਾ ਮੇਰੇ ਵਰਗਾ ਤਾਂ ਉੱਥੇ ਵੀ ਇੱਕ ਸਰਵੈਂਟ ਰੂਮ ਲੈ ਕੇ ਬਹਿ ਜੇ ਮੇਰੇ ਵਰਗਾ ਤਾਂ ਇਹਨਾਂ ਦੇ ਗੇੜੇ ਦੇ ਦੇ ਮੈਂ ਕੀ ਕਰਨਾ ਫਲੈਟ 2 BHK ਕਿੰਨਾ ਵਾਂਗੂ ਚਲੋ ਹੌਸਲੇ ਨਾਲ ਹੀ ਬਣਾਵਾਂਗੇ ਵਲੌਗ ਉਸ ਹਿਸਾਬ ਨਾਲ ਕਾਪੀਰਾਈਟ ਆ ਸਕਦਾ ਬਈ ਬਾਕੀ ਥੋੜੀ ਐਡਿਟਿੰਗ ਵੀਡਿੰਗ ਕਰ ਦਾਂਗੇ ਬੈਕਗ੍ਰਾਉਂਡ ਵੋਇਸ ਰਿਮੂਵ ਹੋ ਜਾਏ ਜਿਹਦੇ ਨਾਲ ਚਲ ਉਹ ਤੇ ਤੂੰ ਕੀ ਜਿਪਸੀ ਸਟੂਡੀਓ ਹੈ ਜਿਪਸੀ ਮੇਰੇ ਰੋਮਾਂਚਿਕ ਪ੍ਰੋਗਰਾਮ ਵੇਖਦਾ ਹਾਂ ਜਿਪਸੀ ਬੜਾ ਚੱਲਿਆ ਸੀ ਮੋਹਾਲੀ 'ਚ ਮੋਹਾਲੀ ਖੜ ਰਹਿੰਦਾ ਸੀ ਜਿਪਸੀ ਔਰ ਰਵਿੰਦਰ ਖੈਰੇ ਦੇ ਗਾਣੇ ਐਡਿਟ ਕਰਦਾ ਜਿਹੜਾ ਇਹਦੀ ਵਾਇਸ ਰਿਮੂਵ ਕਰਦੀ ਯਾਰ ਕਰ ਦੂੰ ਮੈਂ ਬੈਕਗ੍ਰਾਉਂਡ ਮਿਊਜ਼ਿਕ ਕੱਟ ਤੈਨੂੰ ਪਾਉਣਾ ਨਹੀਂ ਆਉਂਦਾ ਵਲੌਗ 'ਚ ਇਹ ਕੀ ਆਉਣ ਲੱਗ ਗਈ ਮਾਨੀ ਯਾਦ ਵੀ ਕਰਨ ਲੱਗ ਜਾਂਦੀ ਮੇਰੇ ਰੋਮਾਂਚਿਕ ਪ੍ਰੋਗਰਾਮ ਨਹੀਂ ਆਇਆ ਵੀਰਜੀ ਦਾ ਆਵਾਜ਼ ਘੱਟ ਕਰਤੇ ਚਪੇੜ ਮਾਰ ਕੇ ਤੁਰਦੇ ਤੁਹਾਨੂੰ ਚਲੋ ਮਿੱਤਰੋ ਜਾ ਕੇ ਮਿਲਦੇ ਆ ਦੀਦੀ ਹੁਣ ਟਿਕਟਾਂ ਲੈ ਆਂਦੇ ਚਲੋ ਬਾਕੀ ਬਾਤ ਹੁਣ ਘੱਟ ਹੀ ਆਣੀ ਆ ਆਵਾਜ਼ ਘੱਟ ਹੀ ਆਣੀ ਥੋੜੀ ਉੱਚੀ ਬੋਲਣ ਦੀ ਕੋਸ਼ਿਸ਼ ਚਲੋ ਆ ਨਾਈਸ ਹੈ ਯਾਰ ਆਏ ਮਾਨੀ ਠੀਕ ਆ ਠੀਕ ਹੈ ਇਹਨੂੰ ਕੀ ਡੈਸ਼ ਲੱਗੀ ਆ ਸਮਝ ਗਏ ਨਾ ਹਾਂ ਮੈਂ ਡੈਸ਼ ਜਿਹੜਾ ਮੈਂ ਵਰਡ ਬੋਲਦਾ ਹੁੰਦਾ ਤੁਸੀਂ ਰੋਟੀ ਖਾਂਦੇ ਵੇਖਦੇ ਹੋ ਹਨਾ ਉਹਦਾ ਨਾਂ ਆਪਾਂ ਡੈਸ਼ ਰੱਖ ਦਿੰਦੇ ਹਾਂ ਅੱਜ ਤੋਂ ਠੀਕ ਹੈ ਮਾਨੀ ਠੀਕ ਆ ਮਾਨੀ ਨੂੰ ਕੋਈ ਡੈਸ਼ ਲੱਗੀ ਆ ਪਹੁੰਚ ਤਾਂ ਗਈ ਆ ਉੱਥੇ ਜੀ ਖੁਸ਼ ਜੇ ਚਲੋ ਉਹ ਵੀ ਵਲੌਗ ਬਣਾਈ ਜਾਂਦਾ ਇਹਨੂੰ ਵੀ ਇਹ ਤਾਂ ਵੀ ਰੋਮਾਂਚਿਕ ਕਰਨਾ ਪੈਣਾ ਕੰਮ ਲੱਗੇ ਆ ਤੇ ਆਵਾਜ਼ ਨਹੀਂ ਉਸਾ ਮੈਂ ਕੀ ਹੈ ਨਾ ਫਿਰ ਵਿੱਚ ਤਾਂ ਕਰਕੇ ਸੁਣੋ ਹਾਂਜੀ ਝੂੜਿਆਂ ਝਾੜਿਆਂ ਡਰ ਤੁਹਾਨੂੰ ਦੋਨੋਂ ਲੱਗਦਾ ਤੇ ਨਹੀਂ ਕਿਸੇ ਨੂੰ ਮੈਨੂੰ ਲੱਗਦਾ ਚੰਡੋਲ ਤੋਂ ਲੱਗਦਾ ਮੈਨੂੰ ਕੋਈ ਡਰ ਨਹੀਂ ਸਾਥ ਦੋਵਾਂ ਦਾ ਤੈਨੂੰ ਤੈਨੂੰ ਲੱਗਦਾ ਆਪਦੀ ਦੀਦੀ ਨੂੰ ਕਹਿੰਦਾ ਵਾਹ ਆਪਣਾ ਸਾਥ ਦੋਵਾਂ ਦਾ ਤੂੰ ਹਮਾਨੀ ਨਾਲ ਘੁੰਮਣਾ ਕਿ ਇਹਦੇ ਨਾਲ ਘੁੰਮਣਾ ਬਸ ਆਪਣਾ ਸਾਥ ਦੋਵਾਂ ਦਾ ਜੇ ਹਮਾਨੀ ਆਖਦੇ ਵੀ ਮੈਨੂੰ ਵੀ ਡਰ ਨਹੀਂ ਲੱਗਦਾ ਜਾ ਤੂੰ ਦੀਦੀ ਨਾਲ ਝੂਟੇ ਲਿਆ ਮੈਂ ਜਗੜੀ ਵੀਰ ਜੀ ਕੋਲੇ ਫੇਰ ਮਹਿੰਕਣੇ ਕਹਿਣਾ ਰਹਿਣ ਦੇ ਤੇਰੇ ਅਰਗਾ ਤਾਂ ਮੈਂ ਹੱਥ ਮਿਲਾਉਣ ਨਾ ਦੇਵਾਂ ਤੂੰ ਕੋਲੇ ਕਿਵੇਂ ਖੜ ਜਾਏਗੀ ਚੱਲ ਮੈਨੂੰ ਨਹੀਂ ਲੱਗਦਾ ਹੈਗਾ ਮੈਨੂੰ ਨਹੀਂ ਲੱਗਦਾ ਵੀ ਤਿੰਨੇ ਜਣੇ ਜਾਓ ਫਿਰ ਉੱਤੇ ਸਾਰੇ ਤਰ੍ਹਾਂ ਝੂਟੇ ਲੱਲੀ ਦੇ ਆ ਅੱਛਾ ਵੱਜਦੇ ਪਏ ਨੇ ਉਸਾਣਾ ਥੋੜਾ ਰੱਖਣਾ ਪਾਣਾ ਆਪਾਂ ਚੰਡੋਲ ਤੇ ਚੱਲਦੇ ਆ ਬਲਾ ਘੁੰਮਦੇ ਫਿਰਦੇ ਆ ਜਿੱਥੇ ਸ਼ਾਂਤੀ ਲੱਭੀ ਉੱਥੇ ਲੋਕ ਕਰ ਲਾਂਗੇ ਸ਼ਾਂਤੀ ਲੱਭੀ ਸ਼ਾਂਤੀ ਆਂਟੀ ਕੁੜੀ ਨੱਸੇ ਸੀ ਆ ਕੀ ਚਲੋ ਜਵਾਕਾਂ ਦਾ ਕੰਪੀਟੀਸ਼ਨ ਵੀ ਵਿੱਚ ਚੱਲੀ ਜਾਂਦਾ ਕਿ ਉਹ ਤੇਰਾ ਭਲਾ ਜੇ ਦੁਬਈ ਪਹੁੰਚ ਗਿਆ ਆ ਕੀ ਕਹਿੰਦਾ ਆ ਮਾਈਕ 'ਚ ਕੀ ਬੋਲਿਆ ਸੀ ਮਾਨੀ ਐਂ ਬੋਲਿਆ ਸੀ ਕੀ ਤੂੰ ਝੂਟੇ ਲੈ ਲਾ ਯਾਰ ਝੂਟਿਆਂ ਦਾ ਡਰ ਨਹੀਂ ਲੱਗਦਾ ਦੱਸ ਕਈ ਵਾਰੀ ਹੁੰਦਾ ਮੈਂ ਮੇਰਾ ਨਾ ਥੋੜ੍ਹਾ ਜਿਹਾ ਭਾਰ ਵੱਧ ਗਿਆ ਮੇਰਾ ਭਾਰ ਹੈ 86 ਕਿਲੋ ਜਦੋਂ ਮੈਂ 72-74 ਦਾ ਹੁੰਦਾ ਸੀ ਨਾ ਉਦੋਂ ਮੈਂ ਝੂਟਿਆਂ 'ਤੇ ਚੜ੍ਹ ਜਾਂਦੇ ਹੁਣ ਚੜ੍ਹਦਾ ਪਤਾ ਨਹੀਂ ਖਾਧਾ ਵੀ ਨਹੀਂ ਹੁੰਦਾ ਕੁਛ ਪਤਾ ਨਹੀਂ ਅੰਦਰੋਂ ਫੇਫੜੇ ਬਾਹਰ ਆਉਂਦੇ ਕਿ ਕੀ ਬਾਹਰ ਨੂੰ ਕਰਦਾ ਮੇਰਾ ਵੀ ਨਹੀਂ ਜੀ ਕਰਦਾ ਝੂਟੇ ਝਾਟੇ ਲੈਣ ਨੂੰ ਮੈਂ ਜਾਂਦਾ ਹੁੰਦਾ ਇੱਥੇ ਮੇਲੇ 'ਤੇ ਬਸ ਮੈਂ 2-4 ਸਬਸਕ੍ਰਾਈਬਰ ਮਿਲ ਜਾਂਦੇ ਮੈਂ ਗੇੜਾ ਜਿਹਾ ਕੱਢ ਕੇ ਆ ਜਾਂਦਾ ਮੇਰੇ ਨਾਲ ਦੇ ਚੜ੍ਹ ਜਾਂਦੇ ਮੂੰਹ ਚੱਕ ਕੇ ਦੀਦੀ ਕਹਿੰਦੇ ਮੈਂ ਲੈਣਾ ਇਹਨਾਂ ਨੂੰ ਕਿਹਾ ਉਹ ਇੱਕ ਝੂਲਾ ਹੁੰਦਾ ਨਾ ਜਿਹੜਾ ਐਂ ਐਂ ਹੁੰਦਾ ਡੀ ਜੀ ਵਾਲਾ ਉਹ ਨੁੱਕਰ ਦੇ ਖੜ੍ਹ ਜਾਂਦੇ ਉਹ ਪੂਰਾ ਤਾਂ ਜਾਂਦਾ ਉਹ ਐਂ ਲੱਗਦਾ ਪਲਟ ਕੇ ਬੰਦਾ ਸਾਹਮਣੇ ਡਿੱਗੂ ਥੱਲੇ ਉਹ ਤਾਂ ਟੂ ਮੱਚ ਰੋਂਗ ਕੰਮ ਹੈ ਯਾਰ ਯਾਰ ਇਹ ਗਲਤ ਗੱਲ ਹੈਗੀ ਆ ਇਹ ਗਲਤ ਗੱਲ ਵਾ ਨਾ ਮੈਨੂੰ ਜਾਣਕਾਰੀ ਨਹੀਂ ਲੈ ਕੇ ਨਹੀਂ ਜਾਣਾ ਤੈਨੂੰ ਚਲੋ ਯਾਰ ਕਹਿੰਦੇ ਤੂੰ ਬਲੌਗ ਬਣਾ ਟਾਰਗੇਟ ਆਈ ਮੰਨ ਲੈ ਯਾਦ ਕਰਦੇ ਠੀਕ ਆ ਮਾਨੀ ਮਾਨੀ ਚੱਲੇਗੀ ਨਾ ਨਾਲ ਇੱਕ ਹੋਰ ਚੁੱਲਾ ਹੁੰਦਾ ਜਿਹੜਾ ਐਂ ਘੁੰਮਦਾ ਗੋਲ ਉਹ ਤਾਂ ਜਾ ਕੇ ਐਂ ਜਮਾਂ ਜਾ ਖੜ ਜਾਂਦਾ ਉੱਥੇ ਉਹ ਮੈਂ ਇੱਥੇ ਵੇਖਣ ਗਿਆ ਸੀ ਕਿਸੇ ਮੁੰਡੇ ਦਾ ਫੋਨ ਥੋੜ੍ਹਾ ਦਿਨ ਥੱਲੇ ਡਿੱਗਿਆ 11 Pro ਸੀ ਵਿਚਾਰੇ ਨੇ ਥੋੜ੍ਹੇ ਦਿਨ ਪਹਿਲਾਂ ਹੀ ਲਿਆ ਸੀ ਮੈਂ ਕਿਹਾ ਤੈਨੂੰ ਤਾਂ ਝੂਟਾ ਵਾਹਵਾ ਮਹਿੰਗਾ ਪਿਆ ਹੁਣ ਗਾਂਹ ਤਾਂ ਨਹੀਂ ਚੜ੍ਹਦਾ ਝੂਲਿਆਂ 'ਤੇ ਕਹਿੰਦਾ ਮੈਂ ਮੇਲੇ 'ਚ ਨਹੀਂ ਜਾਣਾ ਕਿਸੇ ਗਾਂਹ ਤੋਂ ਕਿਸੇ ਅਸੀਂ ਚੱਲੀਏ ਤਿੰਨੋਂ ਜਣੇ ਮੈਂ ਮੰਨੇ ਨਹੀਂ ਮੈਂ ਮੰਨੇ ਚਲੋ ਅਸੀਂ ਚੱਲਦੇ ਹਾਂ ਫਿਰ ਠੀਕ ਆ ਤੁਸੀਂ ਸਾਡੇ ਵੀਡੀਓ ਵਲੌਗ ਬਣਾ ਲਿਓ ਫਿਰ ਠੀਕ ਆ ਅੱਛਾ ਮੈਂ ਵੀ ਕਹਾਂ ਮਿਅੰਕ ਯਾਰ ਤੁਸੀਂ ਆਖੋਗੇ ਵਿੱਚ ਵਿੱਚ ਰੋਕ ਦੇਣਾ ਕਈ ਆਖਦੇ ਕੀ ਕਰਾਂ ਹੁਣ ਗੱਲ ਕਰਨੀ ਜ਼ਰੂਰੀ ਹਨਾ ਮੈਂ ਵੀ ਆਖਾਂ ਮਿਅੰਕ ਦਾ ਵਲੌਗ 18 ਮਿੰਟਾਂ ਦਾ ਕਿਵੇਂ ਆ ਗਿਆ 9 ਮਿੰਟ ਦੀ ਫੁਟੇ ਤਾਂ ਇਹਨਾਂ ਦੀ ਖਾ ਗਿਆ ਚਲੋ ਬਈ ਚੱਲੀਏ ਲਈਏ ਆਇਓ ਮੈਂ ਕਮੈਂਟ ਫਿਰ ਕੀ ਲਿਖਣਾ ਝੁੱਲੇ ਅੱਛਾ ਮੈਨੂੰ ਛੱਡ ਕੇ ਚੱਲ ਗਏ ਵੇਖ ਲਓ ਮੈਂ ਤਾਂ ਦੇਖਦੇ ਨਹੀਂ ਪਿੱਛੇ ਮੈਂ ਹੈਗਾ ਕਿ ਨਹੀਂ ਹੈਗਾ ਹੈਗਾ ਹੀ ਆ ਤੂੰ ਕਿਹੜਾ ਭੁਗਤ ਗਿਆ ਇਹ ਦੋਵੇਂ ਬੈਠੀਆਂ ਇੱਧਰ ਕੱਲੀਆਂ ਕਾਹ ਝੁੱਲਾ ਇਹਦੇ ਤੇ ਔਖਾ ਹੁੰਦਾ ਜਦੋਂ ਨੁੱਕਰ ਤੇ ਬਹਿਣੇ ਜਿਵੇਂ ਨੁੱਕਰ ਤੇ ਤਾਂ ਚੜ ਕੇ ਬਹਿਣੇ ਆਪਾਂ ਉਹ ਬੜਾ ਔਖਾ ਹੁੰਦਾ ਜਦੋਂ ਇਹ ਝੁੱਲਾ ਆਏ ਆ ਜਿਵੇਂ ਇੱਥੇ ਬੰਨੇ ਹੁੰਦਾ ਝੁੱਲਾ ਇੱਥੋਂ ਲਮਕਦਾ ਹੁੰਦਾ ਇਹ ਐਂ ਬਰਾਬਰ ਚੱਲ ਜਾਂਦਾ ਜੀ ਸੀ ਤੇ ਜਿਵੇਂ ਨੁੱਕਰ ਵਾਲਾ ਪਾਰਟ ਹਨਾ ਕਈ ਜਨਤਾ ਉੱਥੇ ਖੜ ਜਾਂਦੀ ਆ
ਤੇ ਜਦੋਂ ਤਾਂ ਪਹੁੰਚਦੀਆਂ ਲੱਤਾਂ ਚੱਕ ਲੈਂਦੀਆਂ ਬਾਹਾਂ ਲਮਕਦੇ ਫੜਦੇ ਹੁੰਦੇ ਆ, ਮਤਲਬ ਬੋਡੀ ਆਪਣੀ ਮੂਵਮੈਂਟ 'ਚ ਹੁੰਦੀ ਨਾ, ਇੱਧਰ ਨੂੰ ਜਾਂਦੀ ਹੁੰਦੀ ਆ, ਉਹ ਤਾਂ ਚੱਲ ਜਾਂਦੀ ਹੈ ਅਤੇ ਝੂਲਾ ਪਿਛਾਂ ਨੂੰ ਆ ਜਾਂਦਾ, ਅਤੇ ਫਿਰ ਉਦੋਂ ਤਾਂ ਬਹੁਤ ਔਖਾ ਹੁੰਦਾ। ਇੱਕ ਇਹ ਔਖਾ ਝੂਲਾ ਅਤੇ ਇੱਕ ਜਿਹੜਾ ਉੱਤਰ ਨੂੰ ਘੁੰਮਦਾ ਗੋਲ, ਉਹ ਔਖਾ ਹੁੰਦਾ। ਚੰਡੋਲ 'ਚ ਵੀ ਡਰ ਲੱਗਦਾ ਕਿਉਂਕਿ ਕਈ ਵਾਰ ਗਰੀਸ ਗਰੂਸ ਨਹੀਂ ਲੱਗੀ ਹੁੰਦੀ ਝੂਲੇ 'ਚ ਨਾ, ਡੱਬਾ ਜਿਹਾ ਹੁੰਦਾ ਚੰਡੋਲ ਵਾਲਾ, ਉਹ ਇੱਧਰ ਨੂੰ ਟੇਢੇ ਮਿੱਢਾ ਹੁੰਦਾ ਰਹਿੰਦਾ, ਐਂ ਕਈ ਤੋਂ ਹੀ ਹਿਲਦੇ ਰਹਿੰਦੇ, ਖੜੇ ਹਿਲਦੇ ਰਹਿੰਦੇ ਆ, ਪਤਾ ਨਹੀਂ ਕਿਹੜੀ ਭੂਤ ਆਉਂਦੀ ਉਹਦੇ 'ਚ। ਔਖਾ ਕੰਮ ਆ ਭਰਾਵਾ। ਚਲੋ ਵੇਖਦੇ ਹਾਂ ਕਿਹੜਾ ਕਿਹੜਾ ਝੂਲਾ ਲੈਂਦੇ ਆ ਅਤੇ ਕੀ ਕਰਦੇ ਆ। ਸੋ ਮਨ ਹੀ ਤੇਜ਼ ਹੈ, ਊਂ ਬਿਮਾਰ ਹੈ। ਚੱਲ ਪਹਿਲਾਂ ਝਰੀਟਾਂ ਨਿਕਲ ਜਾਂਦੀਆਂ ਨੀ ਤਾਂ ਡਰਨਾ ਨਹੀਂ ਗਿਆ ਠੀਕ ਆ। ਚੱਲ ਉੱਤੇ ਬੈਠਾ ਹੈ ਵੀ, ਚੱਲ ਖੜ ਖਾਂ ਨੁੱਕਰਦਾ ਜਿਵੇਂ ਆਹ ਖੜੇ ਆ, ਤੇਰੇ ਵਰਗਾ ਲਮਕਦਾ ਫਿਰੂਗਾ। ਰੱਬ ਕਿੱਥੇ ਆਵੇ, ਰੱਬ ਇੰਨਾ ਵੇਲੇ ਤੁਹਾਨੂੰ ਬਚਾਉਂਦਾ, ਫਿਰ ਰੱਬ ਆਖੂਗਾ ਤੁਹਾਡੇ ਪੰਗੇ ਪਾਏ ਤੁਸੀਂ ਆਪੇ ਬਚੋ। ਉਹ ਤੇ ਚੱਲ ਪਾਂਗੇ ਨਾ, ਚਲੋ ਤੂੰ ਵੀ ਚੱਲ ਪੈਂਗੀ ਨਾ, ਚਲੋ ਵੀ ਚੱਲ ਪੋਗੇ ਬਾ ਠੀਕ ਆ, ਹੱਥ ਨਹੀਂ ਛੱਡਣੇ ਇੱਕ ਦੂਜੇ ਦੇ ਠੀਕ ਆ, ਚਾਹ ਨੇ ਹੱਥ ਫੜ ਕੇ ਰੱਖਣੇ ਇੱਕ ਦੂਜੇ ਦੇ, ਪਿਣਾ ਮਾਰ ਖਲਾਰ ਕੇ ਆਣੇ ਸਾਰੇ। ਚਲੋ ਚਲੀਏ ਮੰਗਲੇ। ਆਹ ਭੂਤ ਬੰਗਲਿਆਂ ਵਾਲਾ ਕੰਮ ਵੀ ਰਹੂ ਗਈ ਹੈ, ਸਾਡੇ ਇੱਥੇ ਮੇਲਾ ਲੱਗਿਆ ਸੀ ਭੂਤ ਬੰਗਲਾ ਸਿਸਟਮ, ਉਹ ਮਾਂ ਦੇ ਪੁੱਤ ਮੰਜਾ ਡਾਈ ਬੈਠੇ ਅੰਦਰ, ਜਿਹੜਾ ਉਹਨਾਂ ਦੇ ਗੋਡਿਆਂ 'ਚ ਮਾਰਦੇ ਸੀ ਮੰਜਾ ਹੀ, ਹੋ ਜਾਂਦਾ ਹਰ ਥਾਂ 'ਤੇ ਡਿਫਰੈਂਟ ਹੁੰਦਾ। ਕਈ ਵਧੀਆ ਕੁਆਲਿਟੀ ਦੇ ਭੂਤ ਬੰਗਲੇ, ਇੱਥੇ ਦੇਸੀ ਸੀਗਾ, ਉਹ ਮੰਜਾ ਸੀ ਉਹਦੇ ਨਵਾਰ ਵੀ ਹੈ ਨਹੀਂ ਸੀ, ਇਕੱਲਾ ਉਹੀ ਮੰਜੇ ਦਾ ਢਾਂਚਾ ਸੀ, ਉਹਨੂੰ ਐਂ ਖੜਕਾਈ ਜਾਵੇ ਭੂਤਾਂ ਵਾਲਾ, ਕਿਸੇ ਨੇ ਫੜ ਕੇ ਮੰਜਾ ਹੀ ਬਾਹਰ ਚੱਕ ਕੇ ਲਿਆਂਦਾ, ਦੁਖੀ ਕੀਤਾ ਮੇਰੇ ਗਿੱਟਿਆਂ 'ਚ ਮਾਰਿਆ ਕਹਿੰਦਾ। ਜੇ ਕੋਈ ਮੇਰੇ ਵਰਗਾ ਖੜਾ ਹੋਵੇ ਨਾ ਅੰਦਰ, ਤੈਨੂੰ ਉੱਥੇ ਅਸੀਂ ਕਰਨਾ ਬਸ, ਤੂੰ ਫੜ ਲੋ ਜਾਣਾ ਫੋਨ ਕੱਸ ਕੇ ਫੜਨੇ ਆ ਠੀਕ ਆ। ਚਲੋ ਬਾਈ ਮਿੱਤਰੋ ਚਲੋ ਚੱਲੇ ਅੰਦਰ, ਹੱਥ ਫੜ ਲੋ, ਏ ਹੱਥ ਫੜ ਲੋ ਇੱਕ ਦੂਜੇ ਦੇ, ਕੰਧ 'ਚੋਂ ਨਿਕਲ ਕੇ ਨਾ ਹੁਣ ਇਹ ਭੂਤ, ਫੜ ਲੋ ਹੱਥ ਕੱਸ ਕੇ ਫੜੇ ਹੋਏ ਨੇ। ਚਲੋ ਉਹ ਫਲੈਸ਼ ਜਗਾ ਲੈਂਦਾ ਭਰਾਵਾ, ਤੁਹਾਡੀ ਭਲੀ ਹੋਏ, ਯੈਸ ਬੈਂਕ ਪੂਰੀ ਆ, ਡਰਨਾ ਕਿਸੇ ਨੇ ਨਹੀਂ, ਕੋਈ ਚੱਕਰ ਮੈਟਰ ਨਹੀਂ ਆਪਾਂ ਨੂੰ, ਫਲੈਸ਼ ਨਾ ਆਪਦੇ ਇਹਦੇ ਪਦ ਨਿਕਲੀ ਜਾਂਦੇ। ਇਹਦੀ ਨੇ ਇੱਕ ਚੀਜ਼ ਵੇਖੀ ਹੈ, ਇਹਨੂੰ ਜਦੋਂ ਗੁੱਸਾ ਆਉਂਦਾ ਜਾਂ ਕੁਛ ਹੁੰਦਾ ਨਾ, ਇਹਦੇ ਪਤਾ ਲੱਗ ਜਾਂਦਾ, ਇਹਦੀ ਆਵਾਜ਼ ਸੁੱਕਣ ਲੱਗ ਜਾਂਦੀ, ਪਤਲੀ ਹੋਣ ਲੱਗ ਜਾਂਦੀ, ਵਿੱਚੋਂ ਇੰਜਨ ਨਿਕਲਣ ਲੱਗ ਜਾਂਦੀਆਂ ਦੇ, ਡਰਨਾ ਕਿਸੇ ਨੇ ਨਹੀਂ, ਯੈਸ ਬੈਂਕ ਬੈਂਕ ਤੇਰੇ ਆਪਦੇ ਲੁੱਟੇ ਗਏ ਭਰਾਵਾ, ਇਹ ਹੁਣੇ ਪਤਾ ਲੱਗ ਜੂ ਡਰਦਾ ਕਿ ਨਹੀਂ ਡਰਦਾ। ਚੱਲ ਓਏ ਵੀਰ, ਗਾਲਾਂ ਕੱਢੀ ਜਾਂਦਾ ਓ ਵੀਰ, ਕਾਣੀ ਮੇਰਾ ਓ ਵੀਰ ਤੇਰੀ ਤੇ, ਚੱਲ ਤੇਰੀ ਨੂੰ ਓਏ ਤੇਰੀ ਅਸਲੀ ਨਹੀਂ ਆ, ਤੋ ਚੋਪ ਕਰ ਲੋ ਯਾਰ, ਹੱਥ ਫੜ ਕੇ ਰੱਖ, ਇਹ ਅਸਲੀ ਹੈ, ਸਹੀ ਗੱਲ, ਟੌਰਚ ਜਗਾ ਲਈ ਜੀ ਤੇ ਫਿਰ ਮੇਲਾ ਕਾਹਦਾ ਆਇਆ। ਉਹ ਮੁੰਡੇ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਬਾਈ, ਕੋਈ ਚੱਕਰ ਨਹੀਂ, ਚਲੋ ਕੋਈ ਚੱਕਰ ਨਹੀਂ ਹੈ ਬਾਈ, ਕੁਝ ਨਹੀਂ ਹੁੰਦਾ, ਆਤਮ ਹੱਥ ਮਿਲਾ ਲੈ, ਤੈਨੂੰ ਸਬਸਕ੍ਰਾਈਬ ਕਰਕੇ ਉਹਨੇ ਆਪਦਾ ਮੰਦਾ ਪਾਉਣਾ, ਮੁਝੇ ਸਬਸਕ੍ਰਾਈਬ ਕਰ ਲੈਣਾ। ਇਹ ਉਹ ਤੂੰ ਚੰਡੀਗੜ੍ਹ ਪੰਪਲੇਟ ਵੰਡਣ ਗਿਆ ਆਪਦੇ ਸਬਸਕ੍ਰਾਈਬ ਵਾਲੇ ਕਿ ਰਹਿਣਗੇ ਉੱਥੇ, ਆ ਫਿਰਦੇ ਨਾ ਆਪਣੀ ਗਲੀ 'ਚ ਪੀਲੇ ਪੀਲੇ ਕਾਗਜ਼ ਸੱਟ ਜਾਂਦੇ ਹੁੰਦੇ ਘਰੋਂ ਥੱਲੇ, ਕਿੰਨੇ ਪਏ ਹੁੰਦੇ ਆ, ਤੂੰ ਉਹ ਛਪਾ ਲਾ ਮਿਆਂਕੀ, ਜਿੱਥੇ ਜਾਵੇਂ ਉਹ ਵੰਡਦਿਆ ਕਰ, ਭਾਂਡਿਆਂ ਨਾਲ ਕਹੂਗਾ ਸਬਸਕ੍ਰਾਈਬ ਕਰ ਲਓ, ਪਤਾ ਨਹੀਂ ਲੱਗਦਾ ਕਿਹੋ ਜਿਹੇ ਸਬਸਕ੍ਰਾਈਬਰ ਇਕੱਠੇ ਕਰੀਂਦਾ ਉਹਦੇ। ਚਲੋ ਬਾਈ ਬਾਈ, ਡੋਂਟ ਟੱਚ ਮਾਈ ਫਿਆਂਸੇ, ਓਕੇ ਬ੍ਰੋ, ਯੂ ਆਰ ਮਾਈ ਬ੍ਰੋ, ਓ ਓਕੇ ਬ੍ਰੋ, ਕਹਿੰਦਾ ਡੋਂਟ ਟੱਚ ਮਾਈ ਫਿਆਂਸੇ। ਉਹ ਤੈਨੂੰ ਕੀ ਲੱਗਦਾ ਜੱਫੀਆਂ ਪਾਉਣ ਨੂੰ ਬੈਠੇ ਹੁੰਦੇ ਇੱਥੇ, ਡੋਂਟ ਟੱਚ ਮਾਈ ਫਿਆਂਸੇ, ਕੀ ਕਹਾਂ ਮਿਆਂਕੀ, ਔਖਾ ਬਹੁਤ ਆਏਗਾ ਆਉਣ ਵਾਲੇ ਟਾਈਮ 'ਚ, ਤੂੰ ਮੈਨੂੰ ਲੱਗੀ ਜਾਂਦਾ ਜਿਸ ਹਿਸਾਬ ਦੇ ਤੇਰੇ ਹਾਲਾਤ ਹੈ ਨਾ, ਡੋਂਟ ਟੱਚ ਮਾਈ ਫਿਆਂਸੇ। ਉਹ ਇਹੋ ਜਿਹਾ ਕਿਹੜਾ ਭੂਤ ਬੰਗਲਾ ਜਿਹੜੇ ਕੁੜੀਆਂ ਨੂੰ ਜੱਫੀਆਂ ਪਾ ਲੈਂਦੇ ਆ, ਮੰਨਿਆ ਹੱਥ ਉੱਤੇ ਲਾ ਕੇ ਡਰਾ ਦਿੰਦੇ ਆ, ਪਰ ਤੂੰ ਤਾਂ ਬਾਹਲੇ ਨਜਾਇਜ਼ ਵਹਿਮੀ ਬੰਦਾ, ਤੇਰੇ ਵਰਗਾ ਤਾਂ ਬਾਥਰੂਮ ਕਰਨ ਜਾਂਦੇ ਹੋਏ ਹਮਾਨੀ ਉਹਦੇ ਨਾਲ ਜਾਂਦਾ ਹੋਵੇ, ਮੈਂ ਬਾਹਰ ਰੱਖਣਾ ਕੋਈ ਨਾ। ਚੱਲ ਬਖਸ਼ਦਾ ਨਹੀਂ ਕਿਸੇ ਨੂੰ, ਮਿਹੰਕ ਤੂੰ ਦਿੱਲੀ ਰਹਿੰਦਾ ਕਿ ਚੰਡੀਗੜ੍ਹ ਰਹਿੰਦਾ, ਪਹਿਲਾਂ ਮੈਨੂੰ ਐਂ ਦੱਸ, ਇਹ ਕਿਹੜੀ ਹਿੰਦੀ ਬੋਲੀ ਇਹਨੇ ਇੱਥੇ ਤੂੰ, ਨਹੀਂ ਬਸ ਰਹਿੰਦੇ ਤੂੰ, ਬਾਈ ਬਹੁਤ ਡਰਤੇ ਹੈ, ਐਂ ਤਾਂ ਨਹੀਂ ਤੈਨੂੰ ਕੋਈ ਸੱਦਣ ਲੱਗਿਆ ਉੱਧਰ, ਕੋਈ ਆਫਰ ਉਫਰ ਆਉਣ ਲੱਗੀ, ਬਸ ਕਰੋ ਬਹੁਤ ਡਰਤੇ। ਉਹ ਪੰਜਾਬੀ ਬੰਦੇ ਇੱਥੇ ਯਾਰ ਭਰਾਵਾ, ਸਾਰਿਆਂ ਨੂੰ ਸਮਝ ਆਉਂਦੀ ਅੱਜ ਕੱਲ੍ਹ ਤਾਂ, ਆਹ ਕੀ ਹੈ। ਚਲੋ 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 ਕੋਈ ਚੱਕਰ ਨਹੀਂ, ਡਰਨਾ ਕਿਸੇ ਨੇ।
ਚੱਲ ਫਲੈਸ਼ਾਂ ਜਗਾਈ ਜਾਂਦਾ ਇਹ ਪਿੱਛੋਂ ਪਿੱਛੋਂ ਫੜ ਦੇ ਇੱਧਰ ਨੂੰ ਆ ਇੱਧਰ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵਿਆਹ ਕਿਹੜੇ ਪਾਸੋਂ ਆ ਸਮਝਦੇ ਚੱਲ ਉਹ ਭਰਾਵਾ ਉਹਦੀ ਜਨਾਨੀ ਦੇ ਮਗਰ ਲੱਗ ਕੇ ਜਾਈ ਜਾਂਦਾ ਬੰਦਾ ਉਹਦੀ ਘਰ ਵਾਲੀ ਉਹਨੂੰ ਭੂਤਨੀ ਰੋਕੀ ਜਾਂਦੀ ਆ ਵੂਮੈਨ ਪਾਵਰ ਹੈ ਕਿ ਜਾਂ ਬੰਦਾ ਹੀ ਫੁੱਸ ਹੈ ਸਮਝ ਨਹੀਂ ਆਈ ਕੀ ਕਰੀ ਜਾਂਦੇ ਇੱਧਰ ਹੱਥ ਫੜੋ ਬਾਈ ਬਾਈ ਡੋਂਟ ਡੂ ਦਿਸ ਡੋਂਟ ਡੂ ਦਿਸ ਓਕੇ ਰੱਪਾ ਲਾਓ ਜੀ ਮਾਨੀ ਦੀ ਐਸ ਕਲੀਅਰ ਹੋ ਲੱਗਦੀ ਮੈਨੂੰ ਓਕੇ ਬਾਈ ਨੋ ਬਾਈ ਇੱਕ ਮਿੰਟ ਰੁਕ ਜਾਓ ਸਮਝਿਆ ਕਰੋ ਸਮਝਦੇ ਹੋ ਨਾ ਬਾਤ ਚਲਾਓ ਯਾਰ ਜਲਦੀ ਕਰੋ ਉਹ ਭਰਾਵਾ ਉਹ ਪੈਸੇ ਇਸ ਕੰਮ ਦੇ ਲੈਂਦੇ ਆ ਤੁਸੀਂ ਜਾਓ ਨਾ ਭੂਤ ਬੰਗਲੇ 'ਚ ਅਸੀਂ ਡਰਨਾ ਤਾਂ ਫਲੈਸ਼ਾਂ ਲਾ ਲਾ ਜਾਈ ਹੁੰਦੇ ਹਿੱਲ ਚਲੋ ਹਿਮਾਨੀ ਦੇ ਤਾਂ ਨਿਕਲੀ ਜਾਂਦੇ ਆ ਭਰਾਵਾ ਕਿਉਂ ਲੈ ਗਿਆ ਤੇਰਾ ਅੱਗੇ ਉਹ ਬਿਮਾਰ ਹੈ ਇਹ ਕਿਹੜੀ ਬਿਮਾਰੀ ਹੈ ਜਿਹੜੀ ਡਾਕਟਰ ਨੇ ਆਖਿਆ ਵੀ ਜਾ ਕੇ ਝੂਲੇ ਦਵਾ ਲਿਆ ਝੂਲਿਆਂ ਝੂਟੇ ਦਵਾਈ ਨਾ ਬਾਅਦ ਭੂਤ ਬੰਗਲ ਬੰਦਾ ਉਹੀ ਇੱਦਾਂ ਹੋ ਜੇ ਦੱਸ ਸਾਰਿਆਂ ਨਾਲ ਹੀ ਹੱਥ ਮਿਲਾਉਂਦਾ ਫਿਰਦਾ ਨਾਲੇ ਉਹਦੀ ਫੁਟੇਜ ਵਰਤੀ ਤਾਂ ਕਿਤੇ ਜਾ ਕੇ 18 ਮਿੰਟਾਂ ਦਾ ਵਲੋਗ ਬਣਿਆ ਹਮਾਨੀ ਦਾ ਮੂੰਹ ਵੇਖ ਮਿਸ ਪੂਜਾ ਦੀ ਮਿਸ ਦੂਜਾ ਬਣੀ ਪਈ ਹੈ ਵਿਚਾਰੀ ਕੀ ਯਾਰ ਗੱਲਾਂ ਲਾਲ ਅੱਗੇ ਤਾਂ ਉਹ ਵੀ ਲਾਲ ਆ ਖੁੰਨੋ ਖੁੰਨੀ ਇੱਦਾਂ ਹੀ ਲਾਲ ਹੈ ਮੈਂ ਗੱਲ ਦੱਸਦਾ ਇੱਕ ਨਾ ਕੈਪ ਆਉਂਦੀ ਹੈ ਉਹ ਟੋਪੀ ਲੈਂਦੇ ਨਾ ਆਪਾਂ ਪਿੱਛੋਂ ਦੀ ਐਂ ਲਮਕੀ ਜੀ ਹੁੰਦੀ ਹੈ ਮਤਲਬ ਵੀ ਉਹ ਟੋਪੀ ਐਡੀ ਵੱਡੀ ਹੁੰਦੀ ਹੈ ਹੈ ਨਾ ਜਿਹੜੀ ਸਰਦੀਆਂ 'ਚ ਟੋਪੀ ਲੈਂਦੇ ਆਪਾਂ ਉਹ ਟੋਪੀ ਐਡੀ ਵੱਡੀ ਦੇ ਪਿੱਛੇ ਡਿੱਗ ਪੈਂਦੀ ਬਸ ਐਂ ਸਮਝ ਗਏ ਇੱਕ ਤਾਂ ਨੋਰਮਲ ਟੋਪੀ ਹੁੰਦੀ ਕੈਪਾਂ ਸਮਝ ਗਏ ਹਾਂ ਕਈ ਮੈਨੂੰ ਆਖਦੇ ਬਾਈ ਤੂੰ ਬੜਾ ਬਰੀਫ 'ਚ ਸਮਝਾਉਣਾ ਛੋਟਾ ਹਾਥੀ ਸਮਾਲ ਟੈਂਪੂ ਜੀ ਉਹ ਕਈ ਬਾਹਰਲੇ ਵੇਖਦੇ ਨਹੀਂ ਪਤਾ ਹੁੰਦਾ ਤਾਂ ਦੱਸ ਦਿੰਦਾ ਮੈਂ ਅਤੇ ਉਹ ਟੋਪੀ ਐਡੀ ਵੱਡੀ ਹੁੰਦੀ ਉਹਨੂੰ ਛੱਡਦੇ ਪਿੱਛੇ ਡਿੱਗ ਪੈਂਦੀ ਇੱਦਾਂ ਹੈ ਨਾ ਧਾਗੇ ਵਾਲੀ ਨਹੀਂ ਟੋਪੀ ਬਣੀ ਹੁੰਦੀ ਹੈ ਨਾ ਅਤੇ ਉਹ ਟੋਪੀ ਲਈ ਹੁੰਦੀ ਸੀ ਮੇਰੇ ਮੈਂ ਸਰਦੀਆਂ ਦੇ ਦਿਨ ਆ ਮੈਨੂੰ ਲੱਗਦਾ ਮੈਂ ਹੈੱਡਫੋਨ ਲਾ ਕੇ ਨਾ ਮੈਂ ਛੱਤ 'ਤੇ ਗਾਣੇ ਸੁਣੀ ਜਾਂਦਾ ਸੀ ਧੁੰਦਾ ਦਿਨ ਸੀਗਾ ਰਾਤ ਨੂੰ 1:15 ਵਜੇ ਗਾਣੇ ਸੁਣੇ ਸੈਰ ਕਰੀ ਜਾਂਦਾ ਅਤੇ ਮੈਂ ਘੁੰਮਿਆ ਨਾ ਇੱਧਰੋਂ ਟੋਪੀ ਆ ਕੇ ਮੇਰੇ ਇੱਥੇ ਵੱਜੀ ਮੈਨੂੰ ਆਉਣ ਲੱਗਾ ਮੈਨੂੰ ਕਿਸੇ ਨੇ ਟੱਚ ਕੀਤਾ ਮਾਨ ਨਿਕਲਿਆ ਥੱਲੇ ਉੱਡਿਆ ਆਇਆ ਭੱਜ ਕਰਦਾ ਸਾਰੇ ਬਾਹਾਂ ਦੇ ਵਾਲ ਖੜੇ ਹੋ ਗਏ ਲੂ ਕੰਡੇ ਭਰਾਵਾ ਬਹੁਤ ਕਈ ਵਾਰੀ ਹੋ ਜਾਂਦੀ ਹੈ ਮਿਸ ਹੈਪਨਿੰਗ ਇੱਦਾਂ ਦੇ ਡਰ ਲੱਗਣ ਲੱਗ ਜਾਂਦਾ ਚਲੋ ਮਿਊਟ ਕਰਤਾ ਗੱਲ ਨਿਕਲ ਗਈ ਹੋਣੀ ਹੈ ਕੋਈ ਗੱਲ ਨਹੀਂ ਆ ਕੀ ਹੋ ਗਿਆ ਮੈਂਕੀ ਤੂੰ ਉਹ ਪਾਤੀ ਇਹਦੇ 'ਚ ਖਰਾਬ ਹੋ ਗਿਆ ਯਾਰ ਕੀ ਹੋ ਗਿਆ ਗਰਮੀ ਨਹੀਂ ਲੱਗਦੀ ਉਹਨੂੰ ਪੁੱਛਦੀ ਇੱਥੇ ਹੋਰ ਕੇ ਏ ਸੀ ਲੱਗੇ ਇਹਨਾਂ ਵਾਸਤੇ ਅਤੇ ਇਹਦੀ ਟਿਕਟ ਲਈ ਹੋਣੀ ਤੁਸੀਂ ਜੇ ਤੁਸੀਂ ਲਓ 400-500 ਟਿਕਟਾਂ ਲਏ ਸੀ ਜੇ ਬੈਠੇ ਹੁਣ ਭੂਤ ਵੀ ਗੱਲ ਮੈਂਕ ਦਾ ਤਾਂ ਕਾਫੀ ਤਕੜਾ ਜਿਗਰ ਆ ਬਸ ਚੱਲ ਹੋ ਗਿਆ ਖਤਮ ਚੱਲ ਉਹ ਵਲੌਗ ਹੀ ਬੰਦ ਕਰਦਾ ਫਿਰਦਾ ਵਿਚਾਰਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਫਿਰ ਤੁਹਾਡਾ ਹਮਾਨੀ ਦੀ ਤਾਂ ਆਵਾਜ਼ ਹੀ ਬਦਲ ਗਈ ਅੰਦਰ ਮਿਸ ਪੂਜਾ ਗਈ ਸੀ ਬਾਹਰ ਕੌਰ ਵੀ ਬਾਹਰ ਆ ਜਾਂਦੀ ਆ ਕਿਵੇਂ ਦਾ ਐਕਸਪੀਰੀਅੰਸ ਰਿਹਾ ਫਿਰ ਤੁਹਾਡਾ ਤੂੰ ਆਪਦਾ ਦੱਸ ਤੇਰਾ ਕਿਵੇਂ ਰਿਹਾ ਸੀ ਤੂੰ ਉਹ ਫੱਟੇ ਨਹੀਂ ਲੱਗੇ ਸਾਈਡ 'ਚ ਉਹਦੇ ਨਾਲ ਐਂ ਲੱਕੜ ਦੀ ਉਹ ਲੱਗੀ ਹੁੰਦੀ ਸਪੋਰਟ ਉਹਦੇ ਵਿੱਚੇ ਵੜ ਗਈ ਡਰਦੀ ਮਾਰੀ ਚਲੋ ਅੱਛਾ ਵੇਖਦੇ ਤੂੰ ਕੀ ਦਿਨ ਜਿੱਤ ਕੇ ਇਹਨਾਂ ਨੂੰ ਬਹੁਤ ਮੱਛਰਿਆ ਹੋਇਆ ਫਿਰ ਲਾਣ ਤਾਂ ਅੱਗੇ ਕਿਹੜਾ ਬੇਚੇ ਨਹੀਂ ਕਰੀ ਹੋਈ ਕਦੇ ਪਹਿਲੀ ਥੋੜੀ ਬੇਚਤੀ ਹੋਣ ਲੱਗੇ ਦੀ ਕਰ ਲਾ ਚਲੋ ਬੇਸਤੀ ਟਾਈਮ
ਦੱਸ ਦੇ ਹੁਣ ਕੀ ਕਹਿੰਦੇ ਫੀਲਿੰਗ ਤਾਂ ਐ ਲੈਂਦਾ ਜਿਵੇਂ ਸਾਰੇ ਲਾ ਦੂਗਾ ਇਹ ਥੱਲੇ ਚੱਪਲ ਮਾਰ ਕੇ ਸਿੱਟ ਲਾ ਜੇ ਇਹਦੇ ਨਾਲ ਨਹੀਂ ਰਹਿਦਾ ਤਾਂ ਪੁੱਛ ਲਾ ਹੁਣ ਚੱਪਲ ਚੱਲ ਜੂਗੀ ਬੈਡ ਲੱਕ ਅੱਗੇ ਤਾਂ ਬੜੇ ਗੁੱਡ ਹੁੰਦੇ ਤੁਹਾਡੇ ਸਿਰੇ ਲਾਈ ਉਹਨੇ ਜ਼ਿੰਦਗੀ ਚ ਇਹਨੂੰ ਆਈ ਨੀ ਪਤਾ ਵੀ ਗੋਲੀਆਂ ਕਿੰਨੀਆਂ ਮਿਲੀਆਂ ਮੈਨੂੰ ਇਹ ਵਲੌਗਾਂ ਦੇ ਚੱਕਰ ਹੀ ਆ ਸਾਰੇ ਨੁਕਸਾਨ ਹੋ ਗਿਆ ਹਿਮਾਨੀ ਦਾ ਆਪਾਂ ਜਿਹੜੇ ਸ਼ੋਟ ਮਾਰਨੇ ਸੀ ਗੋਲੀ ਨਾਲ ਬੰਦੂਕ ਨਾਲ ਤੇ ਦੁਨੀਆਂ ਜਹਾਨ ਦੀਆਂ ਮਿਹਨਤਾਂ ਲਾਤੀਆਂ ਚਲੋ ਕੋਈ ਚੱਕਰ ਨੀ ਬਥੇਰੀਆਂ ਗੇਮਾਂ ਹੈਗੀਆਂ ਨੇ ਵਾਧੂ ਗੇਮਾਂ ਨੇ ਖੇਡਦੇ ਹੋਰ ਲੱਭਦੇ ਆ ਮੋਹਾਲੀ ਵਾਲੇ ਤੁਹਾਨੂੰ ਖੁਸ਼ੀ ਹੁੰਦੀ ਹੈ ਤੁਹਾਡੇ ਸ਼ਹਿਰ ਤੇ ਪਹੁੰਚਿਆ ਖੜਾ ਮਯੰਕ ਚੜਾਈ ਹੋ ਜੂਗੀ ਚੰਡੀਗੜ੍ਹ ਲਾਈਟਾਂ ਵੀ ਗੂੜੀਆਂ ਹੋ ਜਾਣਗੀਆਂ ਹਰ ਚੌਂਕ ਦੀਆਂ ਹੁਣ ਤਾਂ ਲਓ ਵੀ ਮਿੱਤਰੋਂ ਮਾਨੀ ਨੇ ਜੋ ਲੰਘਣਾ ਹੁੰਦਾ ਛੋਟਾ ਜਿਹਾ ਆ ਗਿਆ ਇੱਕ ਉਹ ਲੈ ਲਈਏ ਚਲੋ ਜਾਇੰਟ ਵੀਲ ਅੱਛਾ ਤੇ ਇਹਨਾਂ ਦੋਵਾਂ ਨੇ ਤੇ ਔਖਾ ਹੀ ਕੰਮ ਆ ਅਸੀਂ ਨਹੀਂ ਦੀਦੀ ਹੋਣਾ ਦੀ ਇੱਕੋ ਝੂਟੇ ਲੈ ਕੇ ਬੱਸ ਹੋਈ ਵੈਸੇ ਤੇ ਨਹੀਂ ਮੈਂ ਆਪਣੇ ਹਸਬੰਦ ਦਾ ਸਾਥ ਨਹੀਂ ਨਾ ਛੱਡਦਾ ਐਡਾ ਪਿਆਰ ਗੂੜਾ ਪਹਿਲਾਂ ਤਾਂ ਹਮਾਨੀ ਨਾਲ ਬਹਿ ਗਏ ਸੀ ਉਦੋਂ ਪਿਆਰ ਨਹੀਂ ਦਿਸਿਆ ਕਿ ਬੀਜੀ ਸੀ ਹਸਬੈਂਡ ਕਿ ਬ੍ਰੇਕ ਲਈ ਸੀ ਪਿਆਰ ਚੋਂ ਚਲੋ ਇਹ ਵੀ ਇਹਨਾਂ ਵਰਗਾ ਹੀ ਆ ਚਲੋ ਵੈਸੇ ਇੱਕ ਗੱਲ ਕਹਾਂ ਮੈਂ ਇਹ ਆਖਦਾ ਸਾਡੀ ਪਰਸਨਲ ਲਾਈਫ ਸਾਨੂੰ ਤੰਗ ਨਾ ਕਰੋ ਮਯੰਕ ਕਦੇ ਕਦੇ ਆਖ ਦਿੰਦਾ ਸਾਡੀ ਪਰਸਨਲ ਲੋਕ ਕਮੈਂਟਾਂ 'ਚ ਵੀ ਆਖਦੇ ਪਰਸਨਲ ਕਾਹਦੀ ਰਹਿ ਗਈ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਤੁਸੀਂ ਭਾਂਡੇ ਮਾਂਜੀ ਜਾਂਦੇ ਹੋ ਨੈੱਟ 'ਤੇ ਬੈਠੇ ਕਿਸੇ ਨੇ ਮੈਨੂੰ ਟੈਗ ਕੀਤੀ ਸੀ ਕੁੜੀ ਨੇ ਵੀਡੀਓ ਮਯੰਕ ਵਿਚਾਰਾ ਭਾਂਡੇ ਮਾਂਜੀ ਜਾਂਦਾ ਹਿਮਾਨੀ ਮਯੰਕ ਕਰੰਟ ਸਿਚੁਏਸ਼ਨ ਵਾਕਈ ਉਹ ਕਰੰਟ ਸਿਚੁਏਸ਼ਨ ਹੋਈ ਪਈ ਸੀ ਬਹੁਤ ਔਖਾ ਟਾਈਮ ਆ ਭਰਾਵਾ ਇੱਕ ਤਾਂ ਮਸ਼ਹੂਰੀਆਂ ਲੈ ਕੇ ਬਹਿ ਜਾਂਦੀਆਂ ਮੈਨੂੰ ਲੱਗਦਾ ਯੂਟਿਊਬ 'ਤੇ ਪੈਸੇ ਭਰਨੇ ਹੀ ਪੈਣੇ ਮੈਨੂੰ ਵੀ ਚੱਲਿਆ ਚਲੋ ਬਾਏ ਤਾਂ ਕਰਦੇ ਜਿਵੇਂ ਸਕਾਈ ਡਾਈਵਿੰਗ ਕਰਨ ਲੱਗੇ ਹੁੰਦੇ ਦੁਬਈ 'ਚ ਇਹ ਬਾਏ ਉੱਤੋਂ ਹੀ ਆਵਾਂਗੀ ਹੁਣ ਮੈਂ ਲੈ ਇੰਨੀ ਬਾਏ ਤਾਂ ਖਾਣ ਪੈਣੀ ਵਾਲਾ ਨਹੀਂ ਕਰਦਾ ਸਟੇਜ 'ਤੇ ਚੜ੍ਹਨ ਲੱਗਿਆ ਜਿੰਨਾ ਤੂੰ ਕਰੀ ਜਾਂਦਾ ਚਲੋ ਮੈਨੂੰ ਤਾਂ ਲੱਭੇ ਨਹੀਂ ਅੱਛਾ ਕਰ ਲਾ ਭਰਾਵਾ ਇੰਜੋਏ ਇਹ ਕਿਹੜਾ ਬੀਚ ਤੇ ਘੁੰਮੀ ਜਾਂਦਾ ਗੋਲਾ ਜਾ ਤੇਰਾ ਆਏ ਆਖਣਾ ਵੀ ਫੋਨ ਫੜਿਆ ਨੀ ਜਾਂਦਾ ਆ ਵੇਖ ਹੁੰਦੇ ਨਾ ਟੇਡੇ ਕਈ ਐਂ ਡੋਲਦੇ ਜਾਂਦੇ ਹੁੰਦੇ ਤੇ ਕਈ ਐਂ ਟੇਡੇ ਹੋਏ ਸਿੱਧੇ ਹੁੰਦੇ ਟਾਈਮ ਲੱਗ ਜਾਂਦਾ ਆ ਗਿਆ ਲੈ ਹੱਥ ਤਾਂ ਐਂ ਫੜਿਆ ਜਿਵੇਂ ਹਮਾਨੀ ਨੂੰ ਚੱਕਰ ਹੀ ਨਾ ਜੇ ਕਿਤੇ ਚਲੋ ਤੂੰ ਤਾਂ ਬਹੁਤ ਤਕੜੀ ਹੈ ਆਵਾਜ਼ ਤਾਂ ਤੇਰੀ ਟਮਾਟਰ ਖਾਧੇ ਵਾਲੀ ਹੋਈ ਪਈ ਆ ਮੈਨੂੰ ਬਿਲਕੁਲ ਨਹੀਂ ਡਰ ਲੱਗਾ ਮੈਨੂੰ ਨਹੀਂ ਡਰ ਲੱਗਾ ਕੋਈ ਗੱਲ ਨਹੀਂ ਕੋਈ ਨਹੀਂ ਡਰ ਨਹੀਂ ਲੱਗਾ ਤੁਸੀਂ ਕੌਣ ਤੁਸੀਂ ਕੌਣ ਬਾਕੀ ਆਪਾਂ ਹੁਣ ਥੱਕ ਗਏ ਆ ਝੂਲੇ ਲੈ ਕੇ ਹੋਰ ਕੀ ਇਹ ਤਾਂ ਵਿਚਾਰਾ ਕਾਰ ਡਰਾਈਵਰ ਹੀ ਬਣ ਕੇ ਆਇਆ ਇਹਨਾਂ ਦਾ ਝੂਟਾ ਵੀ ਲਿਆ ਕੋਈ ਉਹ ਬਸ ਹੁਣ ਕਿ ਅੱਛਾ ਲੈ ਮਯੰਕ ਦੇ ਫੈਨਸ ਆ ਚਲੋ ਮਯੰਕ ਨੇ ਮਿੰਤਾ ਮੁੰਤਾ ਕਰਕੇ ਨਾ ਚਲੋ ਆ ਖੜੇ ਆਇਤਾ 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 ਫੈਨ ਹੋਏ ਇਹਨਾਂ ਦੇ ਵੀ ਵਾਹ ਇਹ ਕਿੱਥੇ ਪਾਉਂਗੇ ਫੋਟੋ ਜਿਹੜੀਆਂ ਕੁੜੀਆਂ ਨਾਲ ਫੋਟੋਆਂ ਕਰਾਈਆਂ ਇਹਨਾਂ ਨੇ ਇੰਸਟਾਗ੍ਰਾਮ ਤੇ ਧਿਆਨ ਨਾਲ ਲੋਕ ਗਾਲਾਂ ਨਾ ਕੱਢਣ ਤੁਹਾਨੂੰ ਤੁਸੀਂ ਦੱਸੋ ਤੁਸੀਂ ਇੱਥੇ ਦਾ ਮੇਲਾ ਫਸਟ ਟਾਈਮ ਦੇਖਿਆ ਆ ਹਾਂ ਨੂੰ ਵਧੀਆ ਲੱਗਾ
ਚਲੋ ਵਧੀਆ ਹੀਗਾ ਸੱਚੀ ਗੱਲ ਯਾਰ ਘਬਰਾਟਾਂ ਵੀ ਪਈਆਂ ਸੀ ਮਣੀਆਂ ਜੀ ਪਰ ਹੁਣ ਕਾਇਮ ਹੈਗੇ ਆ ਅੱਛਾ ਗੱਲਾਂ ਮੈਂ ਆ ਵਧੀਆ ਸੀਗਾ ਘਬਰਾਟਾਂ ਪਈਆਂ ਹੁਣ ਕਾਇਮ ਹੈਗੇ ਆ ਬੜਾ ਤੂੰ ਫੀਮ ਦਾ ਡਲਾ ਖਾਦਾ ਕਾਇਮ ਆ ਗਿਆ ਕੋਈ ਗੱਲ ਨਹੀਂ ਘਰੇ ਆ ਕੱਢੂ ਕੋ ਬਾਥਰੂਮ ਇਕੱਠੇ ਆਊਗਾ ਹੁਣ ਵੇਲੇ ਦੇ ਲੈਂਡ ਨਹੀਂ ਵੈਸੇ ਮੈਂ ਕਰਨ ਲੱਗਾ ਵਲੋਗ ਦਾ ਬਸ ਆਹੀ ਦੱਸਣ ਲੱਗਾ ਕੀ ਮੇਲਾ ਗਿਆ ਮੋਕ ਲੈ ਉਹ ਸਹੀ ਦੱਸਣ ਲੱਗਾ ਕਿ ਘਬਰਾਟ ਉਹ ਬਾਹਰ ਦੀ ਗੱਲ ਉਹ ਮੁੱਗੀ ਹੋ ਗਏ ਪਰ ਆ ਵੇਖੋ ਇਦਾਂ ਨਾ ਬਣਾਇਆ ਪਰ ਹੈ ਇਦਾਂ ਨਹੀਂ ਚੱਲ ਪਾਂਗੇ ਤੁਹਾਡੀ ਗੱਡੀ ਹੈ ਜਿੱਦ ਤੁਸੀਂ ਘਰੇ ਲਾਇਆ ਹੋਗੇ ਤਾਂ ਘਰੇ ਚੱਲ ਜਾਂਗੇ ਅਸੀਂ ਸਾਡੀ ਗੱਡੀ ਹੁੰਦੀ ਤਾਂ ਅਸੀਂ ਕੱਢਦੇ ਹੀ ਨਾ ਚੱਲ ਨਜ਼ਾਰਾ ਹੁਣ ਅਸਲੀ ਹਰੇਕ ਦੀ ਆਪਦੀ ਆਪਦੀ ਏਅਰ ਕਈਆਂ ਨੂੰ ਚਿਕਨ ਪਸੰਦ ਹੈ ਕਈ ਨੂੰ ਮੈਂ ਵੀ ਬਹੁਤ ਖਾਧਾ ਪੁਰਾਣੇ ਟਾਈਮ 'ਚ ਪਰ ਹੁਣ ਮੈਨੂੰ ਪਸੰਦ ਹੀ ਨਹੀਂ ਪਤਾ ਨਹੀਂ ਕਿਉਂ ਕਿੱਧਰੋਂ ਕਿਰਪਾ ਹੋਈ ਕਿ ਮੇਰਾ ਵੀ ਫੇਵਰੇਟ ਚਿਕਨ ਹੁੰਦਾ ਸੀ ਅੱਜ ਤੋਂ 5 ਸਾਲ ਪਹਿਲਾਂ ਪਰ ਮੈਂ ਵੀ ਹੁਣ ਮੇਰਾ ਜੀਵ ਨਹੀਂ ਕਰਦਾ ਖਾਣ ਨੂੰ ਪਤਾ ਨਹੀਂ ਅੰਦਰੋਂ ਮਨ ਨਹੀਂ ਮੰਨਦਾ ਕੀ ਹੈ ਜਦੋਂ ਦੇ ਰੱਬ ਨਾਲ ਜੁੜੇ ਆ ਕਈ ਰੱਬ ਨਾਲ ਜੁੜ ਕੇ ਵੀ ਖਾ ਲੈਂਦੇ ਆ ਫਿਰ ਇੱਕ ਦਾਬ ਦਾਬ ਦਾ ਯਾਰ ਕੋਈ ਕ੍ਰਿਸਪੀ ਚਿਕਨ ਆ ਗਿਆ ਮਾੜੀ ਥਿੰਕ ਨਹੀਂ ਠੀਕ ਆ ਕਈ ਚੰਗਾ ਸਮਝਦੇ ਕਈ ਮਾੜਾ ਸਮਝਦੇ ਇਹਨੂੰ ਘਰੇ ਪਹੁੰਚ ਗਏ ਆ ਅੱਛਾ ਅਸੀਂ ਚੱਲੇ ਆ ਅੱਛਾ ਹਾਂਜੀ ਤੁਸੀਂ ਨਹੀਂ ਪਹੁੰਚੇ ਹਲੇ ਅਸੀਂ ਰਸਤੇ ਹੀ ਆ ਤੇ ਆਪਾਂ ਕੱਲ ਵੀਡੀਓਸ ਬਣਾਉਣ ਜਾਵਾਂਗੇ ਹਾਂ ਕੱਲ ਅਸੀਂ ਲੋਕੇਸ਼ਨ ਹੀ ਚੱਲਾਂਗੇ ਹਾਂ ਵੀਡੀਓਸ ਬਣਾਵਾਂਗੇ ਰੀਲ ਤੇ ਵੀ ਸਾਨੂੰ ਜ਼ਿਆਦਾਤਰ ਆਪਣੀਆਂ ਕਰ ਲਓ ਇੰਸਟਾਗ੍ਰam ਤੇ ਸਾਨੂੰ ਫੋਲੋ ਕਰ ਲਓ ਤੇ ਆਈਡੀ ਮੈਂਸ਼ਨ ਦੋਨਾਂ ਦੀ ਕੀਤੀ ਹੋਣੀ ਆ ਠੀਕ ਆ ਤੇ ਆਪਣੀਆਂ ਮੈਂਸ਼ਨ ਹੀ ਨੇ ਤੁਹਾਡੀ ਧੌਣ ਸਿੱਧੀ ਐਂ ਕਿੱਦਣ ਹੋਊਗੀ ਪਹਿਲਾਂ ਤੁਸੀਂ ਮੈਨੂੰ ਐਂ ਦੱਸੋ ਮੈਂ ਵੀ ਤਾਂ ਸਾਹਮਣੇ ਵੇਖ ਕੇ ਵੀਡੀਓ ਬਣਾਉਣੀ ਜੀ ਮੈਂ ਵੀ ਆਵਾਂਗਾ ਸਵਾਗਤ ਰੋਮਾਂਚਕ ਪ੍ਰੋਗਰਾਮ ਦੇ ਵਿੱਚ ਐਂ ਵੇਖੀ ਆ ਕਰਾਂ ਮੈਂ ਬਖਸ਼ਦੇ ਨਹੀਂ ਕਿਸੇ ਨੂੰ ਵੈਸੇ ਇੱਧਰ ਆ ਯਾਰ ਕੀ ਇਹ ਹੈੱਡਫੋਨ ਹੀ ਖਰਾਬ ਕਰਾ ਦੇ ਮੇਰੇ ਬੰਗੇ ਜਣੇ ਕਰ ਲਾਂਗੇ ਸਬਸਕ੍ਰਾਈਬ ਕਰ ਲਿਓ ਚੰਗਾ ਫਿਰ ਚਲੋ ਬਸ ਮੈਂ ਮਿਲ ਫਿਰ ਰੱਖਦਾ ਸਾਡਾ ਵਲੌਗ ਨਹੀਂ ਓਏ ਤਾਂ ਸ਼ੁਕਰ ਕਰ ਇਹਨੇ ਅੱਧੀਆਂ ਫੁੱਟੀਆਂ ਤਾਂ ਇਹਦੀਆਂ ਲੈ ਲਈਆਂ ਨੇ ਅੱਧੀਆਂ ਫੁੱਟੀਆਂ ਉਹ ਬੰਦੇ ਨੇ ਬਣਾਈਆਂ ਅਤੇ ਅੱਧੀਆਂ ਇਹਨਾਂ ਦੀਆਂ ਹੀ ਸ਼ੂਟ ਕਰ ਲਈਆਂ ਨੇ ਫਿਰ ਕਿਤੇ ਜਾ ਕੇ ਰੋਮਾਂਚਕ ਪ੍ਰੋਗਰਾਮ ਬਣਿਆ ਨਾਈਸ ਝੂਲੇ ਟਾਈਮ ਝੂਲੇ ਲੈ ਕੇ ਘਰੇ ਆ ਗਏ ਫਿਰ ਬਾਬਾ ਵਲੌਗ ਸੀ ਚਲੋ ਘਰੇ ਜਾ ਕੇ ਰੋਟੀ ਪਾਣੀ ਲਾ ਲੈਂਦੇ ਕਿ ਬਾਹਰ ਮੈਗੀਆਂ ਖਾ ਕੇ ਸੌਣ ਵਾਲੇ ਆ ਬਾਹਰ ਲਿਆਉਣ ਬਾਕੀ ਔਖਾ ਹੁੰਦਾ ਰੋਟੀਆਂ ਰੋਟੀਆਂ ਖਾਇਆ ਕਰੋ ਪਰੌਂਠੇ ਖਾਇਆ ਕਰੋ ਡਾਕਟਰ ਤਾਂ ਆਖਦੇ ਨਾ ਖਾਓ ਪਰ ਮੈਂ ਆਖਦਾ ਖਾਓ ਕਿਉਂਕਿ ਸਰੀਰ ਨੂੰ ਜਾਣ ਚਾਹੀਦੀ ਆ ਬਾਹਰਲੇ ਤਾਂ ਸਪੈਸ਼ਲੀ ਓਕੇ ਜੀ ਬਾਏ ਮਿਲਦੇ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਕ ਟੁੰਨੇ ਪ੍ਰੋਗਰਾਮ ਦੇ ਵਿੱਚ ਓ ਸੋਰੀ ਮਿੰਕੀ ਸੀਰੀਜ਼ ਦੇ ਵਿੱਚ ਬਾਏ ਆਓ ਅਗਲੇ 'ਚ ਚੈੱਕ ਕਰ ਲਈਏ ਮਾਨੀ ਬਿਮਾਰ ਕਿਉਂ ਹੋਈ ਸੀ ਕਰ ਲਈਏ ਇਹਨਾਂ ਦੀ ਵੀ ਐਕਟਿੰਗ ਵੇਖ ਲਾਂਗੇ ਨਾਲ ਵਾਲਿਆਂ ਦੀ ਚਲੋ